ਆਪਣੀ ਭੈਣ ਦਾ ਮਸਲਾ ਸੁਲਝਾਉਣ ਪਹੁੰਚੇ ਭਰਾ ਦਾ ਜੀਜੇ ਨੇ ਹੀ ਕਤਲ ਕਰ ਦਿੱਤਾ। ਦਰਅਸਲ ਦੋਵਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਸੀ ਤੇ ਰੰਜਿਸ਼ ਦੇ ਚੱਲਦੇ ਹੀ ਰੂਪ ਲਾਲ ਨੇ ਆਪਣੇ ਸਗੇ ਭਰਾ ਮਨੀ ਦੇ ਨਾਲ ਮਿਲ ਕੇ ਰਜਿੰਦਰ ਦਾ ਕਤਲ ਕੀਤਾ, ਜਿਸ ਤੋਂ ਬਾਅਦ ਰੂਪ ਲਾਲ ਦੀ ਪਤਨੀ ਨੇ ਆਪਣੇ ਹੀ ਪਤੀ ਅਤੇ ਦਿਓਰ ਦੇ ਖਿਲਾਫ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਤੇ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਮੁਲਜ਼ਮ ਰੂਪ ਲਾਲ ਨੂੰ ਗ੍ਰਿਫਤਾਰ ਕਰ ਲਿਆ। ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਇਹ ਕਾਰਵਾਈ ਕਰਦੇ ਹੋਏ ਰੂਪ ਲਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ। ਹਾਲਾਂਕਿ ਰੂਪ ਲਾਲ ਦਾ ਸਗਾ ਭਰਾ ਮਨੀ ਅਜੇ ਗ੍ਰਿਫਤ ਤੋਂ ਬਾਹਰ ਹੈ। ਦਰਅਸਲ ਰੂਪ ਲਾਲ ਦੀ ਆਪਣੀ ਪਤਨੀ ਦੇ ਨਾਲ ਤਕਰਾਰ ਰਹਿੰਦੀ ਸੀ, ਜਿਸਦਾ ਮਸਲਾ ਸੁਲਝਾਉਣ ਦੇ ਲਈ ਉਸਦਾ ਭਰਾ ਰਜਿੰਦਰ ਉਸ ਕੋਲ ਪਹੁੰਚਿਆ ਸੀ ਤੇ ਇਸ ਦੌਰਾਨ ਹੀ ਜੀਜਾ ਸਾਲਾ ਇਕੱਠਾ ਹੋਏ ਤੇ ਮਸਲਾ ਸੁਲਝਾਉਣ ਵੇਲੇ ਆਪਸ ਦੇ ਵਿੱਚ ਦੋਵਾਂ ਦੇ ਵਿਚਕਾਰ ਕਹਾ ਸੁਣੀ ਹੋ ਗਈ, ਜਿਸ ਤੋਂ ਬਾਅਦ ਰੂਪ ਲਾਲ ਨੇ ਆਪਣੇ ਹੀ ਸਾਲੇ ਰਜਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਰੂਪ ਲਾਲ ਫਰਾਰ ਸੀ, ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ। ਇਹ ਘਟਨਾ ਨਵਾਂ ਸ਼ਹਿਰ ਦੀ ਤਹਿਸੀਲ ਬੰਗਾ ਦੇ ਪਿੰਡ ਜੱਸੋ ਮਾਜਰਾ ਤੋਂ ਸਾਹਮਣੇ। ਮ੍ਰਿਤਕ ਵਿਅਕਤੀ ਦੀ ਭੈਣ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਹੁਣ ਰੂਪ ਲਾਲ ਤੇ ਉਸਦੇ ਭਰਾ ਮਨੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਹਾਲਾਂਕਿ ਰੂਪ ਲਾਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਪਰ ਉਸਦਾ ਭਰਾ ਮਨੀ ਹਜੇ ਗ੍ਰਿਫਤ ਤੋਂ ਬਾਹਰ ਹੈ। ਕੱਲ ਜਿਹੜਾ ਸਰ ਬਹਿਰਾਮ ਥਾਣੇ ਦੇ ਅੰਦਰ ਕਤਲ ਹੋਇਆ, ਉਹਨੂੰ ਥੋੜੀ ਗੁੱਠੀ ਸੁਲਝਾਈ ਗਈ। ਕੌਣ ਸੀ ਉਹ, ਕੀ ਕਾਰਨ ਸੀਗਾ, ਕੀ ਮਾਮਲਾ ਸੀਗਾ? ਕੱਲ ਇੱਕ ਇੰਸੀਡੈਂਸ ਰਿਪੋਰਟ ਹੋਇਆ ਸੀਗਾ ਕਿ ਇੱਕ ਰਜਿੰਦਰ ਸਿੰਘ ਹੈ ਜਿਹਦਾ ਕਤਲ ਕੀਤਾ ਗਿਆ। ਇਸ ਸੰਬੰਧੀ ਜਿਹੜੀ ਸੀਗੀ ਇਹਦੀ ਜਿਹੜੀ ਸਿਸਟਰ ਹੈ ਸੁਨੀਤਾ ਰਾਣੀ ਦੇ ਵੱਲੋਂ ਜਦੋਂ ਬਿਆਨ ਕਲਮਬੰਦ ਕੀਤੇ ਗਏ, ਉਹਨੇ ਦੱਸਿਆ ਕਿ ਇਹ ਜਿਹੜਾ ਕਤਲ ਹੈ ਉਹਦਾ ਘਰ ਵਾਲਾ ਜਿਹੜਾ ਰੂਪ ਲਾਲ ਹੈ ਅਤੇ ਉਹਦਾ ਜਿਹੜਾ ਰੂਪ ਲਾਲ ਦਾ ਬ੍ਰਦਰ ਮਨੀ ਹੈ, ਇਹ ਇਹਨਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਕਤਲ ਕੀਤਾ। ਅਤੇ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਕਤਲ ਕਰਨ ਵਾਲੇ ਵਿਅਕਤੀ ਨੂੰ ਵਿਦਇਨ 24 ਆਵਰਸ ਜਿਹੜਾ ਉਹ ਗ੍ਰਿਫਤਾਰ ਕਰ ਲਿਆ। ਇਹਦੇ ਵਿੱਚ ਜਿਹੜੀ ਰਹਿੰਦੀ ਗ੍ਰਿਫਤਾਰੀ ਹੈਗੀ ਹੈ ਮਨੀ ਦੀ, ਉਹ ਵੀ ਜਲਦ ਟੀਮਾਂ ਜਿਹੜੀਆਂ ਹੈਗੀਆਂ ਆਪਾਂ ਬਣਾਈਆਂ ਹੋਈਆਂ, ਉਹ ਜਲਦ ਤੋਂ ਜਲਦ ਉਹਨੂੰ ਵੀ ਗ੍ਰਿਫਤਾਰ ਕਰ ਲਿੱਤੇ ਜਾਵੇ। ਸਰ ਇਹਨਾਂ ਦੀ ਕੀ ਰੰਜਿਸ਼ ਕੀ ਸੀਗੀ, ਕਦ ਲਈ ਇਹਨੇ ਇਹੋ ਜਿਹਾ ਕਦਮ ਚੱਕਿਆ? ਜਿਹੜਾ ਜਿਹੜਾ ਰੂਪ ਲਾਲ ਹੈ, ਰੂਪ ਲਾਲ ਦੀ ਅਕਸਰ ਆਪਣੀ ਘਰਵਾਲੀ ਦੇ ਨਾਲ ਕਿਸੇ ਨਾ ਕਿਸੇ ਗੱਲ ਤੋਂ ਤਕਰਾਰਬਾਜ਼ੀ ਰਹਿੰਦੀ ਸੀਗੀ। ਇਹ ਤਕਰਾਰਬਾਜ਼ੀ ਨੂੰ ਸੁਲਝਾਉਣ ਦੇ ਮਸਲੇ ਦੇ ਵਿੱਚ ਇਹ ਇਕੱਠੇ ਹੋਏ ਸੀਗੇ, ਜਿਸ ਦੌਰਾਨ ਇਹਨਾਂ ਦੀ ਆਪਣੀ ਕਹਾ ਸੁਣੀ ਹੋ ਗਈ। ਤਾਂ ਜਿਹੜਾ ਰੂਪ ਲਾਲ ਹੈ ਅਤੇ ਉਹਦੇ ਭਰਾ ਵੱਲੋਂ ਜਿਹੜਾ ਉਹਦੇ ਉੱਪਰ ਇੱਕ ਜਾਨਲੇਵਾ ਹਮਲਾ ਕੀਤਾ ਗਿਆ, ਜਿਹਦੇ ਵਿੱਚ ਇਸ ਬੰਦੇ ਦੀ ਮੌਤ ਹੋ ਗਈ। ਇਸ ਕਤਲ ਦੇ ਸੰਬੰਧ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਇੱਕ ਮੁਖਬਰੀ ਸੀਗੀ, ਸਾਡੇ ਕੋਲ ਮੁਖਬਰ ਖਾਸ ਨੇ ਦੱਸਿਆ ਸੀਗਾ ਕਿ ਵਿਲੇਜ ਮੁੰਨਾ ਲਾਗੇ ਨਹਿਰ ਦੇ ਇਹ ਜਿਹੜਾ ਰੂਪ ਲਾਲ ਹੈ ਕਿ ਇਸ ਕੱਪੜਿਆਂ ਦੇ ਵਿੱਚ ਉਹ ਆ ਰਿਹਾ, ਅਤੇ ਸਾਡੀ ਪੁਲਿਸ ਪਾਰਟੀ ਜਿਹੜੀ ਸੀਗੀ ਆਲਰੇਡੀ ਉਹ ਟਿਪਸ ਦੇ ਉੱਪਰ ਕੰਮ ਕਰਦੇ ਹੋਏ ਉੱਥੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਇਹਦੀ ਗ੍ਰਿਫਤਾਰੀ ਕੀਤੀ ਗਈ। ਬਿਲਕੁਲ ਜੀ, ਇਹ ਜੀਜਾ ਸਾਲਾ ਜੀ। ਅੱਛਾ ਜੀ, ਹਾਂਜੀ।